ਅਕਾਲੀ ਸਾਨੂੰ ਉਦੋਂ ਵਿਰੋਧ ਕਰਦੇ ਸੀ ਕਹਿੰਦੇ ਆਪਣੇ ਪਿੰਡ ਚਿੱਟਾ ਹੈ ਨਹੀਂ ਤੁਸੀਂ ਜਾਣ ਕੇ ਕਹਿੰਦੇ ਆ ਵੀ ਆਪਣੇ ਅਕਾਲੀਆਂ ਨੂੰ ਬਦਨਾਮ ਕਰਦੇ ਆ ਉਹਨੇ ਰਾਤ ਨੂੰ ਵੜਤਾ ਉਹਦਾ ਮੁੰਡਾ ਨੌਜਵਾਨ ਵੱਢ ਕੇ ਤੇ ਉਹ ਬੋਰੀ 'ਚ ਪਾਇਆ ਉਹਨੇ ਬੋਰੀ 'ਚ ਪੈਂਦਾ ਨਹੀਂ ਸੀਗਾ ਤੇ ਉਹਨੇ ਦਹ ਰੰਗ ਲੱਤਾਂ ਵੱਢ ਕੇ ਤੇ ਬੋਰੀ 'ਚ ਪਾ ਕੇ ਨਹਿਰ ਸੁੱਟ ਕੇ ਆਉਂਦਾ LCD ਮੋਟਰ ਕੱਢ ਕੇ ਲੈ ਗਏ ਸਕੂਲ ਦੀ ਬਿਜਲੀ ਘਰਦੇ ਸੀਗੇ ਚੈਨਰ ਲੱਗੇ ਉਹ ਲੈ ਗਏ ਮੈਂ ਕਹਿੰਦਾ ਕੋਈ ਖੇਤ ਮੋਟਰਾਂ ਕੇਵਲਾਂ ਕੋਈ ਚੀਜ਼ ਛੱਡਦੇ ਹੀ ਨਹੀਂ ਗੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ TV ਪੰਜਾਬ ਤੇ ਮੈਂ ਹਾਂ ਚਮਕੌਰ ਸਿੰਘ ਲੋਪੋ ਦਰਸ਼ਕੋ ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਰਾਉਕੇ ਕਲਾ ਦੇ ਵਿੱਚ ਖੜ੍ਹੇ ਹਾਂ ਜੇ ਰਾਉਕੇ ਕਲਾ ਪਿੰਡ ਦੀ ਗੱਲ ਕਰੀਏ ਤਾਂ 2016 ਦੇ ਵਿੱਚ ਇਸ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਆਉਂਦੇ ਨੇ ਕੀ ਕਾਹਤੋਂ ਆਉਂਦੇ ਨੇ ਕਾਰਨ ਕੀ ਬਣਿਆ ਸੀ ਕਿ ਇੱਥੋਂ ਦਾ ਇੱਕ ਨੌਜਵਾਨ ਸੀ ਜਿਹਨੇ ਆਪਦੇ 7 ਕਿੱਲੇ ਵੇਚ ਕੇ ਚਿੱਟਾ ਪੀ ਗਿਆ ਸੀ ਖੇਤ ਵਿੱਚ ਰਹਿੰਦਾ ਸੀ ਤਾਂ ਇੱਥੋਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਵੇ ਸਾਨੂੰ ਸੱਤਾ 'ਚ ਲਿਆਓ ਅਸੀਂ ਚਿੱਟੇ ਦਾ ਖਾਤਮਾ ਕਰ ਦਿਆਂਗੇ ਉਦੋਂ ਉਹਨਾਂ ਨੇ ਕੁਝ ਜਿਹੜੇ ਸਰਕਾਰ ਸੀ ਉਹਦੇ ਮੰਤਰੀਆਂ ਦੇ ਉੱਤੇ ਦੋਸ਼ ਲਾਏ ਸੀ ਕਿ ਚਿੱਟਾ ਵਿਕਾਉਂਦੇ ਨੇ ਪਰ ਹੁਣ 1 ਸਾਲ ਹੋ ਗਿਆ ਆਮ ਆਦਮੀ ਪਾਰਟੀ ਨੂੰ ਸਰਕਾਰ ਬਣੀ ਨੂੰ 1 ਸਾਲ ਤੋਂ ਉੱਪਰ ਹੋ ਗਿਆ ਪਰ ਕੀ ਚਿੱਟਾ ਬੰਦ ਹੋ ਗਿਆ ਤੁਹਾਨੂੰ ਦਿਖਾਉਂਦੇ ਆ ਦਰਸ਼ਕੋ ਕਿ ਜਿੱਥੇ ਬਿਜਲੀ ਘਰ ਕੀ ਕਿਸਾਨਾਂ ਦੀਆਂ ਮੋਟਰਾਂ ਕੀ ਸਕੂਲ ਕੀ ਇੱਥੋਂ ਤਾਂ ਚੋਰੀਆਂ ਹੁੰਦੀਆਂ ਹੀ ਸੀ ਘਰਾਂ 'ਚੋਂ ਵੀ ਹੁੰਦੀਆਂ ਸੀ ਮੋਬਾਈਲ ਚੱਕੇ ਜਾਣੇ ਖੇਤਾਂ 'ਚੋਂ ਚੋਰੀ ਹੋਣੀ ਆਮ ਗੱਲ ਸੀ ਪਰ ਅੱਜ ਜਿੱਥੇ ਆਖਰੀ ਸਮੇਂ 'ਤੇ ਹਰ ਇੱਕ ਇਨਸਾਨ ਨੇ ਆਉਣਾ ਸ਼ਮਸ਼ਾਨ ਘਾਟ ਰਾਉਕੇ ਕਲਾ ਦੇ ਸ਼ਮਸ਼ਾਨ ਘਾਟ ਬਾਬਾ ਪੂਰਨਦਾਸ ਜੀ ਇੱਥੋਂ ਦੇ ਮਹਾਂਪੁਰਖ ਉਹਨਾਂ ਨੇ ਬਣਵਾਏ ਸੀ ਅਤੇ ਲੋਕ ਜਿਹੜੇ ਇੱਥੇ ਆਉਂਦੇ ਸੀ ਜਦੋਂ ਅੰਤਮ ਸੰਸਕਾਰ 'ਤੇ ਕਹਿੰਦੇ ਸੀ ਕਿ ਅਜਿਹੇ ਸ਼ਮਸ਼ਾਨ ਘਾਟ ਤੁਹਾਨੂੰ ਸ਼ੌਟ ਦਿਖਾਉਣੇ ਆ ਦਰਸ਼ਕੋ ਇਹ ਰਾਉਕੇ ਕਲਾਂ ਦੇ ਸ਼ਮਸ਼ਾਨ ਘਾਟ ਹੈ ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਲਿਖਿਆ ਰਾਮ ਬਾਗ ਹੈ ਅਤੇ ਵਾਕਈ ਰਾਮ ਬਾਗ ਹੈ ਪਰ ਹੁਣ ਜਿਹੜੇ ਇੱਥੇ ਨੌਜਵਾਨ ਆਉਂਦੇ ਸੀ ਸੇਵਾ ਕਰਵਾਉਣ ਉਹ ਕਹਿੰਦੇ ਝਾੜੂ ਮਾਰਨ ਨੂੰ ਵੀ ਮਨ ਨਹੀਂ ਕਰਦਾ ਮਹੀਨੇ ਤੋਂ ਉੱਤੇ ਹੋ ਗਿਆ ਝਾੜੂ ਨਹੀਂ ਮਾਰਿਆ ਸੀ ਤੁਸੀਂ ਦੇਖ ਰਹੇ ਹੋ ਇੱਥੇ ਪੱਤੇ ਨਹੀਂ ਇੱਥੇ ਹਰਿਆਲੀ ਦਿਖਦੀ ਸੀ ਸਫਾਈ ਬਹੁਤ ਹੁੰਦੀ ਸੀ ਜੇ ਕੋਈ ਆਉਂਦਾ ਸੀ ਉਹਦਾ ਮਨ ਕਰਦਾ ਸੀ ਵੀ ਇੱਥੇ 2 ਮਿੰਟ ਰੈਸਟ ਕਰ ਲਈਏ ਸ਼ਮਸ਼ਾਨ ਘਾਟ ਤੋਂ ਆਮ ਪਿੰਡਾਂ ਦੇ ਵਿੱਚੋਂ ਅੱਗੇ ਡਰ ਆਉਂਦੇ ਹੁੰਦੇ ਸੀ ਪਰ ਇਹ ਸ਼ਮਸ਼ਾਨ ਘਾਟ ਦੇਖ ਕੇ ਜਿਵੇਂ ਕਹਿੰਦੇ ਹੁੰਦੇ ਭੁੱਖ ਲੈਂਦੀ ਸੀ ਇਹੋ ਜਿਹੇ ਸ਼ਮਸ਼ਾਨ ਘਾਟ ਜੇ ਆਹ ਕੈਮਰਾਮੈਨ ਨੂੰ ਕਹੂੰਗਾ ਦਿਖਾਇਆ ਜਾਵੇ ਕਿ ਜੇ ਮੀਂਹ ਆਉਂਦਾ ਸੀ ਤਾਂ ਭੱਠੀ ਦੇ ਉੱਤੇ ਇਹ ਵੀ ਇਹਨਾਂ ਦਾ ਟਾਇਰ ਲਾ ਕੇ ਬਣਾਇਆ ਸੀ ਕਿ ਇਹਨੂੰ ਰੋੜ ਕੇ ਉੱਤੇ ਕਰ ਦਿੰਦੇ ਸੀ ਅਤੇ ਭੱਠੀਆਂ ਇੱਥੋਂ ਤੱਕ ਦਰਸ਼ਕੋ ਇੱਥੇ ਸਿਲੰਡਰ ਉਹ ਵੀ ਚੋਰੀ ਕਰ ਲਏ ਸਿਲੰਡਰ ਨਹੀਂ ਛੱਡੇ ਪਰ ਹੁਣ ਤਾਂ ਕਮਾਲ ਹੀ ਹੋ ਗਈ ਆਹ ਇੱਧਰ ਜਿੱਥੇ ਅੰਤਮ ਸੰਸਕਾਰ ਕਰਦੇ ਆ ਭੱਠੀ ਬਣੀ ਵੀ ਹੈ ਇਹਦੇ ਵਿੱਚ ਗਲੈਰ ਨਾ ਸੀ ਮੋਟੇ ਮੋਟੇ ਸਰੀਏ ਲੱਗੇ ਸੀ ਕਿ ਛੇਕ ਦੇ ਨਾਲ ਉਹ ਸਰੀਏ ਢਲ ਨਾ ਜਾਣ ਨਸ਼ੇੜੀਆਂ ਦੀ ਇਹ ਵੀ ਪੱਟ ਕੇ ਲੈ ਗਏ ਇੱਥੋਂ ਤੱਕ ਬੇੜਾ ਗਰਕ ਗਿਆ ਕਿ ਸ਼ਮਸ਼ਾਨ ਘਾਟ ਦੇ ਵਿੱਚ ਭੱਠੀਆਂ ਨੂੰ ਨਹੀਂ ਛੱਡਿਆ ਜਾ ਰਿਹਾ ਦੱਸੋ ਜੇ ਕੋਈ ਰੱਬ ਨਾ ਕਰੇ ਕੋਈ ਘਟਨਾ ਵਾਪਰਦੀ ਆ ਸੰਸਕਾਰ ਕਰਨਾ ਹੋਵੇ ਤਾਂ ਪਿੰਡ ਦੇ ਵਿੱਚ ਤਾਂ ਪਤਾ ਵੀ ਨਹੀਂ ਹੋਣਾ ਸੀ ਅਤੇ ਇੱਥੇ ਕਿੱਥੇ ਸੰਸਕਾਰ ਕਰਦੇ ਸੋ ਪਿੰਡ ਵਾਸੀ ਨਾਲ ਗੱਲਬਾਤ ਕਰਦੇ ਵੀਰ ਜੀ ਕੀ ਨਾਂ ਹੈ ਆਪਣਾ ਮੇਰਾ ਨਾਂ ਨਿਰਭੈ ਸਿੰਘ ਹੈ ਜੀ ਨਿਰਭੈ ਜੇ ਗੱਲ ਕਰੀਏ ਸ਼ਮਸ਼ਾਨ ਘਾਟ ਆ ਬਹੁਤ ਸੋਹਣੇ ਬਣੇ ਵੇ ਕਿੰਨੇ ਕੁ ਸਮੇਂ ਤੋਂ ਚੋਰੀਆਂ ਹੋ ਰਹੀਆਂ ਅਤੇ ਆਹ ਜਿਹੜੀਆਂ ਗਲੈਰ ਨੇ ਤੁਹਾਨੂੰ ਕਿਵੇਂ ਪਤਾ ਲੱਗਾ ਬਹੁਤ ਮੋਟੇ ਕਹਿੰਦੇ ਸਰਗੇ ਲੱਗੇ ਸੀ 1.5 ਲੱਖ ਕਹਿੰਦੇ ਇੰਨੇ ਕੁ ਜਗਾੜ ਦੇ ਉੱਤੇ ਹੀ ਲੱਗਾ ਬਾਈ ਕਿਵੇਂ ਇਹ ਹੋਇਆ ਸਰ ਇਹ ਬਹੁਤ ਵਧੀਆ ਕੰਮ ਕੀਤਾ ਸੀ ਸਾਡੇ ਪਿੰਡ ਦੀ ਕਲੱਬ ਬਣੀ ਆ ਉਹਨਾਂ ਨੇ ਸ਼ਮਸ਼ਾਨ ਘਾਟ 'ਤੇ ਬਹੁਤ ਪੈਸੇ ਲਾਏ ਆ ਸਪੈਸ਼ਲ ਇਹ 'ਤੇ 1.5 ਲੱਖ ਰੁਪਈਆ ਤਾਂ ਇਕੱਲੇ ਚੈਨਰ ਲਾਏ ਸੀ ਬਹੁਤ ਮਹਿੰਗੇ ਸੀਗੇ ਵੀ ਕਿਵੇਂ ਸੇਕ ਬਹੁਤ ਜ਼ਿਆਦਾ ਹੁੰਦਾ ਵੀ ਢਲੇ ਨਾ ਇਹ ਅਤੇ ਇਹ ਵੀ ਪੱਟ ਕੇ ਲੈ ਗਏ ਆ ਜਿਵੇਂ ਸਾਡੇ ਸਕੂਲ ਦੀ ਗੱਲ ਕਰੀਏ ਸਕੂਲ 'ਚ ਮੈਂ LCDਆਂ ਲਵਾਈਆਂ 2 ਸਮਾਰਟ TV ਉਹ ਲੈ ਗਏ ਇੱਥੋਂ ਕੀ ਮਿਡ ਡੇ ਮੀਲ ਜਿਹੜੇ ਖਾਣਾ ਬਣਾਉਂਦੇ ਆ ਤਵੀ ਹੁੰਦੀ ਆ ਉਹ ਵਾਹਵਾ ਭਾਰੀ ਸੀ ਉਹ ਵੀ ਲੈ ਕੇ ਚੱਕੇ ਰੋਟੀਆਂ ਲਾਉਂਦੇ ਜਿਹੜੇ ਕੁੱਕ ਉੱਥੇ ਰੋਟੀ ਲਾਉਂਦੇ ਬੱਚਿਆਂ ਵਾਸਤੇ ਉਹ ਵੀ ਲੈ ਗਏ LCD ਮੋਟਰ ਕੱਢ ਕੇ ਲੈ ਗਏ ਸਕੂਲ ਦੀ ਬਿਜਲੀ ਘਰਦੇ ਸੀਗੇ ਚੈਨਰ ਲੱਗੇ ਉਹ ਲੈ ਗਏ ਮੈਂ ਕਹਿੰਦਾ ਕੋਈ ਖੇਤ ਮੋਟਰਾਂ ਕੇਵਲਾਂ ਕੋਈ ਚੀਜ਼ ਛੱਡਦੇ ਹੀ ਨਹੀਂ ਗੇ ਬਹੁਤ ਬੁਰਾ ਹਾਲ ਆ ਜੀ ਸਾਡੇ ਪਿੰਡ ਦਾ ਨਿਰਭੈ ਜੇ ਗੱਲ ਕਰੀਏ
आम आदमी पार्टी के जेडे कन्वीनर आई थे अरविंद केजरीवाल ਤੁਸੀਂ ਸਾਰੇ ਪਿੰਡ ਨੇ ਬੜਾ ਸਹਿਯੋਗ ਦਿੱਤਾ ਸੀ ਰੌਕਾਂ ਦੇ ਵਿੱਚੋਂ ਲਹਿਰ ਚੱਲੀ ਸੀ ਕਿ ਆਮ ਆਦਮੀ ਪਾਰਟੀ ਹੈ ਤੇ ਚਿੱਟੇ ਵਿਰੋਧ ਹਾਂਜੀ ਕੀ ਚਿੱਟਾ ਖਤਮ ਹੋ ਗਿਆ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣੀ ਨੂੰ ਬਹੁਤ ਟਾਈਮ ਹੋ ਗਿਆ ਤੁਸੀਂ ਉਹ ਬੰਦੇ ਆ ਮੈਨੂੰ ਪਤਾ ਹੈ ਭਗਵੰਤ ਮਾਨ ਸਟੇਜ ਤੋਂ ਕਹਿੰਦਾ ਹੁੰਦਾ ਵੀ ਸਾਡੇ ਵਾਲੇ ਜਿਹੜੇ ਧਮੱਕੜ ਆ ਨਾ ਉਹ ਰੋਕ ਕੇ ਨਹੀਂ ਰੋਕਦੇ ਹਾਂ ਤੇ ਉਹ ਉਹਨਾਂ 'ਚ ਤੁਹਾਡਾ ਨਾਂ ਆਉਂਦਾ ਹੁੰਦਾ ਜੀ ਵੀ ਯਾਰ ਇਹ ਮੁੰਡਿਆਂ ਨੇ ਬੜੀ ਮਿਹਨਤ ਕੀਤੀ ਆ ਚਿੱਟਾ ਰੋਕਣ ਲਈ ਰੁਕ ਗਿਆ ਚਿੱਟਾ ਹੀ ਅਸੀਂ ਪਹਿਲਾਂ ਤਾਂ ਜਦੋਂ 2014 ਤੋਂ ਪਹਿਲਾਂ ਅਸੀਂ ਪਾਰਟੀ 14 'ਚ ਬਣੀ ਆ ਅਸੀਂ ਉਦੋਂ ਪਹਿਲਾਂ ਸਾਡੀ ਕਮੇਟੀ ਬਣੀ ਹੋਈ ਸੀਗੀ ਅਸੀਂ ਕਮੇਟੀ ਬਣਾਈ ਸੀ ਪਿੰਡ 'ਚ ਇੰਨਾ ਨਸ਼ਾ ਸੀਗਾ ਕਮੇਟੀ ਤੋਂ ਵੀ ਅਸੀਂ ਬਹੁਤ ਕੁੱਟੇ ਵੀ ਚਿੱਟੇ ਵਾਲੇ ਭਜਾਏ ਇੱਥੋਂ ਪਰ ਕੋਈ ਬੰਦ ਨਹੀਂ ਹੋਇਆ ਅਕਾਲੀ ਸਾਨੂੰ ਉਦੋਂ ਵਿਰੋਧ ਕਰਦੇ ਸੀ ਕਹਿੰਦੇ ਆਪਣੇ ਪਿੰਡ ਚਿੱਟਾ ਹੈ ਨਹੀਂ ਤੁਸੀਂ ਵੀ ਜਾਣ ਕੇ ਕਹਿੰਦੇ ਆ ਵੀ ਆਪਣੇ ਅਕਾਲੀਆਂ ਨੂੰ ਬਦਨਾਮ ਕਰਦੇ ਹਾਂ ਅਸੀਂ ਮੰਨ ਲਓ 14 ਤੋਂ ਲੈ ਕੇ ਅਕਾਲੀਆਂ ਦੀ ਸਰਕਾਰ ਵੀ ਚਲੀ ਗਈ 5 ਸਾਲ ਲਾ ਕੇ ਕਾਂਗਰਸ ਵੀ ਲਾ ਗਈ 5 ਸਾਲ ਸਾਨੂੰ ਭਗਵੰਤ ਮਾਨ ਦੁਆਸਾਂ ਸੀਗੀਆਂ ਜੀ ਪੂਰਾ ਜ਼ੋਰ ਲਾਇਆ ਭਗਵੰਤ ਮਾਨ ਆ ਕੇ ਗਏ ਇੱਥੇ ਸਾਡੇ ਪਿੰਡ ਕੇਜਰੀਵਾਲ ਵੀ ਆ ਕੇ ਗਏ ਆ ਅਤੇ ਨੁਕਸਾਨ ਇੰਨਾ ਕੁ ਜ਼ਿਆਦਾ ਉਦੋਂ ਦਾ ਰੁਕਿਆ ਨਹੀਂ ਗਾ ਉਵੇਂ ਹੀ ਆ ਹਜੇ ਤੱਕ ਸਾਨੂੰ ਉਮੀਦ ਆ ਭਗਵੰਤ ਮਾਨ ਤੋਂ ਸੀਗੀ ਅਸੀਂ ਸਾਲ ਹੋ ਗਿਆ ਵੇਟ ਕਰਦਿਆਂ ਨੂੰ ਹੁਣ ਅਸੀਂ ਕਹਿੰਦੇ ਵੀ ਭਗਵੰਤ ਮਾਨ ਨੂੰ ਉਹ ਕਹਿੰਦੇ ਹੁੰਦੇ ਰੌਕਿਆਂ ਵਾਲੇ ਸਾਨੂੰ ਸਪੈਸ਼ਲ ਜਾਣਦੇ ਕੇਜਰੀਵਾਲ ਵੀ ਅਤੇ ਉਹ ਵੀ ਰੌਕਿਆਂ ਦੀ ਟੀਮ ਹੈਗੀ ਆ ਵੀ ਜਿਹਨਾਂ ਨੇ ਨਸ਼ਾ ਛਡਾਇਆ ਅਸੀਂ 35-40 ਮੁੰਡਿਆਂ ਦਾ ਪਹਿਲਾਂ ਨਸ਼ਾ ਆਪਦੇ ਕੋਲੋਂ ਖਰਚਾ ਕਰਕੇ ਛਡਵਾਇਆ ਅਤੇ ਪਰ ਉਹੀ ਹਾਲ ਆਈ ਸਾਡੇ ਪਿੰਡ ਦਾ ਸਾਲ ਹੋ ਗਿਆ ਸਰਕਾਰ ਬਣੀ ਨੂੰ ਅਤੇ ਅਸੀਂ ਭਗਵੰਤ ਮਾਨ ਨੂੰ ਅਪੀਲ ਕਰਦੇ ਹਾਂ ਵੀ ਧਿਆਨ ਦੇਣ ਪਿੰਡਾਂ 'ਤੇ ਵੀ ਇਹ ਇੱਕ ਹਲਕੇ ਦਾ ਨਹੀਂ ਗਾ ਜੇ ਆਪਾਂ ਕਹਦੇ ਇੱਕ ਹਲਕਾ ਜੇ ਆਪਾਂ ਮੰਨ ਲਾ ਇੱਥੋਂ ਦੇ SHO ਨੂੰ ਕਹਿ ਦਿੰਦੇ ਹਾਂ ਵੀ ਜਾਂ ਇੱਥੋਂ ਦੀ ਮੋਗਾ ਪੁਲਿਸ ਆ ਵੀ ਇਹ ਜ਼ਿੰਮੇਵਾਰ ਆ ਸਾਰੇ ਪੰਜਾਬ 'ਚ ਆ ਇੱਕ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ ਨਾ ਕਿਸੇ MLA ਨੂੰ ਨਾ ਕਿਸੇ ਨੂੰ ਵੀ ਇਹਦਾ ਏ ਕਿਉਂਕਿ ਇਹ ਜਿਹੜਾ ਪਤਾ ਕੀ ਹੈ ਜੀ ਜਿਹੜਾ ਕਾਨੂੰਨ ਇਹ ਇਹਨਾਂ ਨੇ ਚਿੱਟੇ 'ਤੇ ਬਣਾਇਆ ਉਹ ਇਹਨਾਂ ਦੀ ਜਮਾਤ 3-4 ਦਿਨ ਹੋ ਜਾਂਦੀ ਆ ਅਤੇ ਪੁਲਿਸ ਕੀ ਕਰੂਗੀ ਉਹ ਫੜਦੇ ਮੈਨੂੰ ਲੱਗਦਾ ਮੈਂ ਪੂਰੇ ਦਾਅਵੇ ਨਾਲ ਕਹਿੰਦਾ ਜਿਹੜੇ SHO ਇੱਥੋਂ ਦੇ ਹੈਗੇ ਆ ਪ੍ਰਤਾਪ ਸਿੰਘ ਬਹੁਤ ਇਮਾਨਦਾਰ ਆ ਉਹਨਾਂ ਨੇ ਇੰਨੇ ਕੁ ਪਰਚੇ ਪਾਏ ਆ ਪਰ ਉਹ 3-4 ਦਿਨ ਆ ਜਾਂਦੇ ਚਿੱਟੇ ਵਾਲੇ ਕੀ ਕਰਨੀ ਤਾਂ ਤੋਂ ਬੰਦ ਨਹੀਂ ਹੁੰਦਾ ਜੀ ਜਾਂ ਤਾਂ ਕਾਨੂੰਨ ਹੀ ਸਖਤ ਬਣੇ ਵੀ ਉਹਨਾਂ ਨੂੰ ਅਕਸਰ ਨੂੰ 6 ਮਹੀਨੇ ਤਾਂ ਰਹਿਣਾ ਪਵੇ ਮੈਂ SHO ਨੂੰ ਮਿਲਿਆ ਕਾਨੂੰਨ ਹੋਰ ਸੀਗਾ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ ਗੱਲ ਚੱਲ ਪਈ ਉੱਥੇ ਮੁੰਡਿਆਂ ਦੀ ਵੀ ਐਂ ਕਰਕੇ ਵੀ ਤੁਸੀਂ ਫੜਦੇ ਨਹੀਂ ਗੇ ਚੋਰਾਂ ਨੂੰ ਉਹ ਕਹਿੰਦਾ ਬਈ ਐਂ ਕਹਿੰਦਾ ਜਿਵੇਂ ਤੁਸੀਂ ਕਹਿੰਦੇ ਆ ਕਹਿੰਦਾ ਸਾਡੇ ਕੋਲ ਆ ਗਏ ਕਹਿੰਦਾ ਪਿੰਡ ਵਾਲੇ ਉਹ ਕਹਿੰਦੇ ਤੁਸੀਂ ਫੜਦੇ ਨਹੀਂ ਚਿੱਟੇ ਵਾਲਿਆਂ ਨੂੰ ਫੜਦੇ ਨਹੀਂ ਗੇ ਕਹਿੰਦਾ ਮੈਂ ਫੜ ਲਿਆਂਦਾ ਅਤੇ ਉਹ ਦੂਜੇ ਦਿਨ ਫਾਹ ਲੈ ਕੇ ਮਰ ਗਿਆ ਥਾਣੇ 'ਚ ਮਰ ਗਿਆ ਅਤੇ ਉਹ ਜਿਹੜਾ SHO ਸੀਗਾ ਵਿਚਾਰਾ ਉਹ ਕਹਿੰਦਾ ਮੈਂ 5 ਲੱਖ ਦੇ ਕੇ ਖੁਦ ਛੁੱਟਿਆ ਇੱਥੋਂ ਬਿਲਕੁਲ ਫਿਰ ਉਹ ਕਿਵੇਂ ਫੜਨਗੇ ਜੀ ਕੋਈ ਕਾਨੂੰਨ ਇਹ ਤਾਂ ਇਹਨਾਂ ਦਾ ਇਲਾਜ ਕਰਾਉਣ ਦੀ ਲੋੜ ਆਈ ਅਸੀਂ ਉਹਨਾਂ ਦਾ ਇਲਾਜ ਕਰਵਾਇਆ ਜਿਹੜਾ ਸਾਨੂੰ ਡਾਕਟਰਾਂ ਨੇ ਦੱਸਿਆ ਉਹਨਾਂ ਨੂੰ ਕੁਛ ਪਤਾ ਨਹੀਂ ਲੱਗਦਾ ਜੀ ਜਿਹੜੇ ਚਿੱਟੇ ਵਾਲੇ ਆ ਵੀ ਆਹ ਪਟਣਾ ਨਹੀਂ ਉਹਨਾਂ ਦਾ ਕੋਈ ਨਹੀਂ ਪੜਦਾ ਜੀ ਇਹ ਚੀਜ਼ਾਂ ਉਹਨਾਂ ਨੂੰ ਡਾਕਟਰ ਦੱਸਦੇ ਜਿਹੜਾ ਨਸ਼ਾ ਖਾ ਕੇ ਉਹਨਾਂ ਦਾ ਜਿਹੜਾ ਦਿਮਾਗ ਆ ਜਿਹੜੀ ਆਪਣੀ ਸੋਚਣ ਸ਼ਕਤੀ ਉੱਥੇ ਉਹਨਾਂ ਦੇ ਨਾ ਜਿੱਲ ਬਣਦੀ ਉਹਦੀ ਉਹਨਾਂ ਨੂੰ ਕੁਛ ਪਤਾ ਨਹੀਂ ਲੱਗਦਾ ਕੀ ਹੋਈ ਜਾਂਦਾ ਜਿਵੇਂ ਆਪਾਂ ਤਾਂ ਅੱਗੇ ਸ਼ਮਸ਼ਾਨ ਘਾਟ ਤੋਂ ਸਕੂਲ ਵੀ ਪੜ੍ਹਨ ਜਾਂਦੇ ਸੀ ਆਪਾਂ ਕਹਿਣਾ ਵੀ ਦੂਰ ਦੀ ਨਗੋ ਯਾਰ ਆਮ ਪਹਿਲਾਂ ਤਾਂ ਡਰਾ ਦਿੰਦੇ ਹੁੰਦੇ ਸੀ ਬਜ਼ੁਰਗ ਵੀ ਭੂਤਾ ਹੈ ਹੁਣ ਚਲੋ ਥੋੜ੍ਹੀ ਜਾਗਰਤੀ ਹੋ ਗਈ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਕਿਉਂਕਿ ਇੱਥੇ ਅਤੇ ਪਹਿਲਾਂ ਜਦੋਂ ਆਈ ਦਾ ਸੀ ਇੱਕ ਦੋ ਵਾਰੀ ਕੋਈ ਘਟਨਾਵਾਂ 'ਤੇ ਅਸੀਂ ਇੱਥੇ ਆਏ ਹਾਂ ਬਹੁਤ ਵਧੀਆ ਹੁਣ ਕਹਿੰਦੇ ਝਾੜੂ ਮਾਰਨ ਨੂੰ ਜੀ ਨਹੀਂ ਕਰਦਾ ਪਰ ਮਨ ਟੁੱਟ ਗਿਆ ਅੰਦਰ ਇਹ ਤਾਂ ਹੈਗਾ ਹੀ ਹੁੰਦਾ ਹੀ ਹੈ ਜੀ ਨਹੀਂ ਦਿਲ ਕਰਦਾ ਜੀ ਪਰ ਆਪਾਂ ਨੂੰ ਇਹ ਕਹਿੰਦੇ ਵੀ ਜੇ ਆਪਾਂ ਇਹ ਚਿੱਟੇ ਵਾਲਿਆਂ ਨੂੰ ਫੜਨ ਦੀ ਗੱਲ ਨਹੀਂ ਕਰਦੇ ਗੇ ਸਰਕਾਰ ਤਾਂ ਤੋਂ ਬੰਦ ਕਰੇ ਭਗਵੰਤ ਮਾਨ ਤਾਂ ਤੋਂ ਆਪਦਾ ਕੋਈ ਮਤਲਬ ਪੁਲਿਸ ਨਾਲ ਮੀਟਿੰਗਾਂ ਕਰੇ ਤਾਂ ਤੋਂ ਬੰਦ ਕਰੇ ਕਿੱਥੋਂ ਦਾ ਅੱਗੇ ਮਜੀਠੀਏ ਦਾ ਨਾਂ ਲੈਂਦਾ ਸੀਗਾ ਸਾਡੀਆਂ ਫੋਟੋਆਂ ਉਹਦੇ ਨਾਲ ਹੈਗੀਆਂ ਮੈਂ ਤੁਹਾਨੂੰ ਪਾ ਦੂੰਗਾ ਸਕਰੀਨਸ਼ਾਟ ਉਹਨਾਂ ਦੇ ਦੇਵਾਂਗਾ ਭਗਵੰਤ ਨਾਲ ਅਸੀਂ ਮਜੀਠੇ ਵੀ ਗਏ ਹਾਂ ਉੱਥੇ ਜਦੋਂ ਧਰਨਾ ਲੱਗਿਆ ਸੀਗਾ ਪਰ ਬੰਦ ਕਰਨਾ ਚਾਹੀਦਾ ਜੀ ਇਹਨਾਂ ਨੂੰ ਤਾਂ ਸਰਕਾਰ ਤੋਂ ਇਹਨਾਂ ਦਾ ਜਿਹੜੇ ਆਪਾਂ ਕਹਿੰਦੇ ਪੱਟ ਕੇ ਲੱਗੇ ਇਹਨਾਂ ਤਾਂ ਇਲਾਜ ਦੀ ਲੋੜ ਆ ਇਹਨਾਂ ਨੂੰ ਤਾਂ ਇਲਾਜ ਦੀ ਲੋੜ ਆਈ ਇਹਨਾਂ ਨੇ 5 ਸਾਲ ਤਾਂ ਕਾਂਗਰਸ ਦਾ ਰਾਜ ਰਹਿ ਗਿਆ ਅਕਾਲੀਆਂ ਦਾ ਵੀ ਰਹਿ ਗਿਆ 5 ਸਾਲ ਹਾਂ ਪਹਿਲਾਂ ਅਕਾਲੀਆਂ ਦਾ ਸੀ ਉਦੋਂ ਕਹਿੰਦੇ ਸੀ ਅਕਾਲੀ ਵੇਚਦੇ ਫਿਰ ਕਾਂਗਰਸ ਦਾ ਆ ਗਿਆ ਕਹਿੰਦੇ ਕਾਂਗਰਸ ਵਾਲੇ ਵੇਚਦੇ ਹੁਣ ਭਗਵੰਤ ਮਾਨ ਨੂੰ ਪੁੱਛਣਾ ਹੋਵੇ ਵੀ ਹੁਣ ਫਿਰ ਕੌਣ ਵੇਚਦਾ ਆਪਾਂ ਤਾਂ ਨਹੀਂ ਵੇਚਣ ਦਾ ਜੋ ਵੀ ਵੇਚਦਾ ਆਪਾਂ ਤਾਂ ਕਹਿੰਦੇ ਕੋਈ ਅਕਾਲੀ ਵੇਚਦਾ ਚਾਹੇ ਕੋਈ ਜਿਹੜਾ ਵੀ ਵੇਚਦਾ ਉਹ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਪਿੰਡਾਂ ਦੇ ਲੋਕ ਬਹੁਤ ਦੁਖੀ ਆ ਸ਼ਾਇਦ ਤੁਸੀਂ ਆਪਣੇ ਗਵਾਂਢੀ ਪਿੰਡ ਆ ਜੀ ਤੁਸੀਂ ਮਾਨੂਕਿਆਂ ਦੀ ਗੱਲ ਪਤਾ ਕਰਿਓ ਜੀ ਉਹਨਾਂ ਦੇ ਨਾ ਇੱਕ ਨੌਜਵਾਨ ਮੁੰਡਾ ਸੀਗਾ ਉਹਨਾਂ ਨੇ ਇੰਨਾ ਤੰਗ ਕਰਦਾ ਸੀ ਮਾਂ ਪਿਓ ਨੂੰ ਉਹ ਵਿਚਾਰਾ ਦਿਹਾੜੀ ਲਾ ਕੇ ਆਉਂਦਾ ਸੀਗਾ ਰਾਤ ਨੂੰ ਉਹਨੂੰ ਕੁੱਟਦਾ ਸੀ ਉਹਨੇ ਆਪਦਾ ਮੁੰਡਾ ਮੇਰੇ ਜਿੱਡਾ ਕੱਦ ਸੀ ਉਹਦਾ 6 ਫੁੱਟ ਅਤੇ ਉਹਨੇ ਰਾਤ ਨੂੰ ਵੱਢਤਾ ਆਪਦਾ ਮੁੰਡਾ ਨੌਜਵਾਨ ਵੱਢ ਕੇ ਅਤੇ ਉਹ ਬੋਰੀ 'ਚ ਪਾਇਆ ਉਹਨੇ ਬੋਰੀ 'ਚ ਪੈਂਦਾ ਨਹੀਂ ਸੀਗਾ ਅਤੇ ਉਹਨੇ ਦਾਹ ਰੰਗ ਲੱਤਾਂ ਵੱਢ ਕੇ ਅਤੇ ਬੋਰੀ 'ਚ ਪਾ ਕੇ ਨਹਿਰ ਸੁੱਟ ਕੇ ਆਉਂਦਾ ਕੋਈ ਕਰ ਲੂਗਾ ਜੀ ਆਪਦੇ ਜਵਾਕ ਦਾ ਇਹੋ ਜਿਹਾ ਕੰਮ ਵੀ ਕਿੰਨਾ ਦੁਖੀ ਹੋਊਗਾ ਸ਼ਾਇਦ ਤੁਸੀਂ ਉਹ ਕਵਰ ਕੀਤੀ ਹੋਊਗੀ ਖਬਰ ਉਸ ਮੁੜ ਕੇ ਸਿੱਟੇ ਸੂਏ 'ਚ ਬਾਅਦ 'ਚ ਪਤਾ ਲੱਗੇ ਵੀ ਪਿਤਾ ਹਾਂਜੀ ਥੋੜ੍ਹਾ ਜਿਹਾ
ਧਿਆਨ ਜੀ ਅਸੀਂ ਤਾਂ ਭਗਵੰਤ ਮਾਨ ਨੂੰ ਅਪੀਲ ਹੀ ਕਰ ਸਕਦੇ ਹਾਂ ਵੀ ਹੁਣ ਤਾਂ ਸਾਡੇ ਕੋਲ ਬਦਲਾਵ ਨਹੀਂ ਅੱਗੇ ਤਾਂ ਆਪਾਂ ਕਹਿੰਦੇ ਸੀ ਕੋਈ ਬਦਲਾਅ ਆਜੂਗਾ ਅਕਾਲੀਆਂ ਲਿਆਵਾਂਗੇ ਕਾਂਗਰਸ ਆਪਾਂ ਕਹਿੰਦੇ ਸੀ ਉਹ ਦੇਖ ਲਈ ਆ ਵੀ ਹੁਣ ਤੁਹਾਨੂੰ ਇਹ ਤੋਂ ਉਮੀਦਾਂ ਜੀ ਸਾਨੂੰ ਇਹ ਤੋਂ ਆਸ ਕਰਦੇ ਹਾਂ ਭਗਵੰਤ ਮਾਨ ਤੱਕ ਸਾਡੀ ਆਵਾਜ਼ ਪਹੁੰਚੇ ਅੱਜ ਪਤਾ ਲੱਗਿਆ ਕਹਿੰਦੇ ਵੀ ਅੱਗੇ ਜਿਹੜੇ ਬੰਦੇ ਮੱਕੀ ਬੀਜਦੇ ਸੀ ਕਈ ਘਰਾਂ ਨੇ ਕਹਿੰਦੇ ਕਿ ਡਰਦੇ ਨੇ ਮੱਕੀ ਨਹੀਂ ਲਾਈ ਵੀ ਚਿੱਟੇ ਵਾਲੇ ਵਿੱਚ ਬਹਿ ਜਾਂਦੇ ਮੂੰਗੀ ਬੀਜ ਦਿਓ ਵੀ ਹਾਂਜੀ ਮੇਰਾ ਫਰੈਂਡ ਆ ਮੁੰਡਾ ਉਹਨਾਂ ਦਾ ਡਰੇਨ ਦੇ ਨਾਲ ਖੇਤ ਲੱਗਦਾ ਤੇ ਉਹਨਾਂ ਨੇ ਮੈਨੂੰ ਕਹਿੰਦਾ ਵੀਰੇ ਮੈਂ ਕਰਾਹ ਮਾਰ ਗਿਆ ਮੈਨੂੰ ਕਹਿੰਦਾ ਵੀਰੇ ਯਾਰ ਕਹਿੰਦਾ ਮੈਂ ਮੱਕੀ ਬੀਜਣੀ ਸੀਗੀ ਤੇ ਕਹਿੰਦਾ ਹੁਣ ਮੈਂ ਮੂੰਗੀ ਲਾਉਣੀ ਆ ਕਰਾਹ ਮਾਰ ਕੇ ਜਾਈ ਕਹਿੰਦਾ ਤੇ ਕਹਿੰਦਾ ਮੱਕੀ ਮੈਂ ਤਾਂ ਨਹੀਂ ਬੀਜਣੀ ਕਹਿੰਦਾ ਵਿੱਚ ਚਿੱਟੇ ਵਾਲੇ ਉੱਥੇ ਵੜਦੇ ਆ ਜੇ ਤੁਸੀਂ ਆਮ ਦੇਖੋ ਡਰੇਨਾਂ ਤੇ ਸੂਹਿਆਂ ਤੇ ਜਿੱਥੇ ਵੀ ਆ ਮਤਲਬ ਸਰਿੰਜਾਂ ਪਈਆਂ ਤੁਹਾਨੂੰ ਜਿੱਥੋਂ ਮਰਜ਼ੀ ਦੇਖ ਲਓ ਤੁਸੀਂ ਉਹੀ ਹਾਲ ਆ ਜੀ ਪਹਿਲਾਂ ਵਾਲਾ ਕੋਈ ਫਰਕ ਨਹੀਂ ਹੈਗਾ ਗਾ ਸੇਮ ਹੀ ਆ ਜੀ ਜਿੰਨੀ ਸਖਤਾਈ ਹੋਣੀ ਚਾਹੀਦੀ ਨਰਪੈ ਉਨੀ ਨਹੀਂ ਤਾਰਾਂ ਬਹੁਤ ਆਪਣੇ ਕੱਟੀ ਦੀਆਂ ਕੱਟੀ ਦੀਆਂ ਉਵੇਂ ਹੀ ਹਲੇ ਵੀ ਹਾਂਜੀ ਉਹ ਤਾਰਾਂ ਮੋਟਰਾਂ ਤੋਂ ਵੀ ਉਵੇਂ ਕੱਟੀ ਦੀਆਂ ਟ੍ਰਾਂਸਫਾਰਮ ਲੈਂਦੇ ਉਹ ਸਾਰਾ ਸੇਮ ਆ ਜੀ ਭਗਵੰਤ ਮਾਨ ਦਾ ਆਪਾਂ ਦੂਜੇ ਕੰਮ ਨਹੀਂ ਕਹਿੰਦੇ ਜੀ ਉਹ ਜਿਵੇਂ ਆਪਦਾ ਕੰਮ ਇਮਾਨਦਾਰੀ ਨਾਲ ਕਰਦੇ ਆ ਉਹਦੀ ਆਪਾਂ ਸਲੋਤਾ ਕਰਦੇ ਹਾਂ ਸਾਡੇ ਪਿੰਡ ਟੀਚਰ ਆਏ ਆ ਮਹੱਲਾ ਕਲੀਨਿਕ ਬਣਿਆ ਪਰ ਇਹ ਆ ਵੀ ਜੇ ਮਤਲਬ ਬੱਚੇ ਹੀ ਨਾ ਰਹੇ ਟੀਚਰਾਂ ਤੋਂ ਆਪਾਂ ਹੀ ਕਰਾਉਣਾ ਜੋ ਸਾਰੇ ਚਿੱਟਾ ਪੀ ਕੇ ਮਰ ਗਏ ਉਹ ਟੀਚਰਾਂ ਤੋਂ ਵੀ ਕੀ ਕਰਾਉਣਾ ਵੀ ਆਪਾਂ ਦੇ ਨਾਲ ਜਿਹੜਾ ਨਸ਼ਾ ਹੈ ਇਹ ਬੰਦ ਹੋਣਾ ਚਾਹੀਦਾ ਵੀ ਜਿਹੜੇ ਸਕੂਲਾਂ ਦਾ ਕੰਮ ਤਾਂ ਚਲੋ ਆਪਾਂ ਇਹ ਵੀ ਕਹਿੰਦੇ ਵਧੀਆ ਕੀਤਾ ਜਿਹੜੇ ਕੰਮ ਵਧੀਆ ਕਰਦੇ ਉਹਨੂੰ ਵਧੀਆ ਕਮਾਂਗੇ ਤੇ ਜਿਹੜਾ ਨਸ਼ੇ ਵਾਲਾ ਇਹਨਾਂ ਤੋਂ ਕੰਟਰੋਲ ਨਹੀਂ ਹੋਏ ਸਕੂਲ 'ਚ ਟੀਚਰ ਆ ਗਏ ਤੁਸੀਂ ਐਲਈਡੀਆਂ ਲਵਾਈਆਂ ਉਹ ਲਾ ਕੇ ਹੀ ਲੈ ਗਏ ਤੇ ਆਹ ਸ਼ਮਸ਼ਾਨ ਘਾਟ ਨੂੰ ਨਹੀਂ ਸਾਡੇ ਛੱਡ ਰਹੇ ਤੇ ਹੋਰ ਆਪਾਂ ਨੂੰ ਹਾਂਜੀ ਕਿੱਥੇ ਸੇਫ ਰੂਪ ਬੰਦਾ ਇਹ ਤਾਂ ਹੈਗਾ ਜੀ ਬਸ ਤੁਸੀਂ ਦੇਖ ਲਓ ਜੀ ਆ ਪਿੰਡ ਦਾ ਦਿਖਾ ਦਿਓ ਆ ਸਰਪੰਚ ਸਾਹਿਬ ਖੜੇ ਆ ਕਰ ਲਓ ਗੱਲ ਜੀ ਤੁਸੀਂ ਅੱਛਾ ਇਹ ਆਪਣੇ ਨਾਲ ਹੋਰ ਵੀ ਪਿੰਡ ਵਾਸੀ ਕੀ ਨਾਮ ਵੀਰ ਜੀ ਮੇਰਾ ਨਾਮ ਹੈ ਜੀ ਗੁਰਬਖਸ਼ ਸਿੰਘ ਆ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਰਿਪੋਰਟ ਨੂੰ ਉਜਾਗਰ ਕਰਨ ਦਾ ਮੌਕਾ ਦਿੱਤਾ ਸਾਨੂੰ ਬਾਕੀ ਜਿਹੜੀ ਇਹ ਚੀਜ਼ ਹੈ ਲਾਸਟ ਦੇ ਵਿੱਚ ਹਰੇਕ ਇਨਸਾਨ ਨੇ ਇੱਥੇ ਆਉਣਾ ਬਿਲਕੁਲ ਸਥਾਨਕ ਸਰਕਾਰਾਂ ਕੋਈ ਵੀ ਰਹੀਆਂ ਹੋਣ ਜਿਹੜੇ ਉਹਨਾਂ ਨੇ ਸਲਾਹਾਯੋਗ ਕੰਮ ਕੀਤਾ ਉਹਨਾਂ ਨੂੰ ਸਲਾਹਾਂਗੇ ਜਿਹੜੇ ਨਹੀਂ ਸਲਾਹਾਯੋਗ ਉਹਨਾਂ ਨੂੰ ਅਸੀਂ ਨਿੰਦਾਂਗੇ ਵੀ ਬਿਲਕੁਲ ਪਰ ਸਾਡੀ ਬੇਨਤੀ ਆ ਜਿਹੜੇ ਬੱਚੇ ਇਸ ਧਾਰਾ ਦੇ ਵਿੱਚ ਰੁੜ ਚੁੱਕੇ ਆ ਵੀ ਉਹ ਆਪਣੇ ਆਪ ਨੂੰ ਸਾਡੀ ਹੈਲਪ ਲੈ ਕੇ ਕਲੱਬਾਂ ਦੀ ਹੈਲਪ ਲੈ ਕੇ ਨਿਰਭੈ ਸਿੰਘ ਉਹਨਾਂ ਨਾਲ ਮਿਲਣ ਤਾਂ ਕਿ ਉਹ ਇਹਨਾਂ ਚੀਜ਼ਾਂ ਤੋਂ ਬਚਣ ਬੜੀ ਸ਼ਰਮਿੰਦਗੀ ਦਾ ਸਾਹਮਣਾ ਸਾਨੂੰ ਮਹਿਸੂਸ ਕਰਨਾ ਪੈਂਦਾ ਵੀ ਲਾਸਟ ਜਿਹੜੀ ਚਾਂਤ ਜਿਹੜੀ ਲਾਸਟ ਯਾਤਰਾ ਹੋਣੀ ਆ ਵੀ ਉਹ ਚੀਜ਼ ਨੂੰ ਨਹੀਂ ਬਖਸ਼ੇਗਾ ਸਾਨੂੰ ਇੰਨੀ ਕੁ ਨਮੋਸ਼ੀ ਹੁੰਦੀ ਆ ਜਦੋਂ ਸਾਡੇ ਕੋਈ ਰਿਸ਼ਤੇਦਾਰ ਭੈਣ ਭਾਈ ਇੱਥੇ ਪਹੁੰਚਦੇ ਆ ਤਾਂ ਵੀ ਤੁਹਾਡੇ ਪਿੰਡ ਦੇ ਇੱਦਾਂ ਦੇ ਹਾਲਾਤ ਆ ਜੇ ਮੰਨ ਲਾ ਇਹਨਾਂ ਨੇ ਦੇਖ ਲਿਆ ਮੁੰਡਿਆਂ ਨੇ ਜੇ ਨਾ ਪਤਾ ਹੁੰਦਾ ਮੰਨ ਲਓ ਕੋਈ ਘਟਨਾ ਵਾਪਰ ਜਾਂਦੀ ਅਗਲਾ ਇੱਥੇ ਅੰਤਮ ਸੰਸਕਾਰ ਨੂੰ ਮੌਕੇ ਤੇ ਆ ਕੇ ਆਪਾਂ ਚੈਂਬਰ ਲਿਆਉਂਦੇ ਕਿ ਉਧਰੋਂ ਪਰਿਵਾਰ ਤੇ ਏਡਾ ਭਾਰ ਟੁੱਟਿਆ ਹੁੰਦਾ ਕੀ ਕਰਦੇ ਬਿਲਕੁਲ ਜੀ ਬਿਲਕੁਲ ਅਸੀਂ ਇਸ ਚੀਜ਼ ਨੂੰ ਵੀ ਦੇਖਿਆ ਵਾ ਵੀ ਜਦੋਂ ਮੌਕੇ ਤੇ ਪਤਾ ਲੱਗਦਾ ਵਾ ਤਾਂ ਜਿਹੜਾ ਸੰਸਕਾਰ ਆ ਉਹ ਅੰਗੀਠਾ ਸਾਹਿਬ ਸਾਨੂੰ ਨੀਵੇਂ ਥਾਂ ਤੇ ਚੜ੍ਹਨਾ ਪਿਆ ਹਾਲਾਂਕਿ ਇਸ ਚੀਜ਼ ਦਾ ਵਾਧਾ ਇੱਕ ਇਹ ਵੀ ਸੀਗਾ ਕਿ ਇਹਦੇ 'ਚ ਬਾਲਣ ਦੀ ਬਹੁਤ ਘੱਟ ਵਰਤੋਂ ਹੁੰਦੀ ਸੀ ਸੰਸਕਾਰ ਜਲਦੀ ਹੋ ਜਾਂਦਾ ਸੀ ਗਰੀਬ ਅਮੀਰ ਜਿਹੜਾ ਹੈਗਾ ਉਹ ਚੀਜ਼ ਤੋਂ ਬਚਦਾ ਸੀ ਅਸੀਂ ਦੁਬਾਰਾ ਫੇਰ ਮਤਲਬ ਸਾਰੇ ਪਿੰਡ ਵੱਲੋਂ ਸੰਤ ਬਾਬਾ ਪੂਰਨ ਦਾਸ ਜੀ ਜਿਨ੍ਹਾਂ ਨੇ ਉਦਮ ਕਰਵਾਇਆ ਉਹਨਾਂ ਦੇ ਵੀ ਰਿਣੀ ਆ ਇਹਨਾਂ ਕਲੱਬਾਂ ਵਾਲੇ ਮੁੰਡਿਆਂ ਦੇ ਵੀ ਰਿਣੀ ਆ ਦੁਬਾਰਾ ਫੇਰ ਇਹੀ ਬੇਨਤੀ ਕਰਦੇ ਹਾਂ ਵੀ ਜਿੱਥੇ ਜਿੱਥੇ ਵੀ ਇਹ ਘਟਨਾਵਾਂ ਹੋ ਰਹੀਆਂ ਇਹ ਇੱਕ ਪਿੰਡ ਦਾ ਕੰਮ ਨਹੀਂ ਸਾਰੇ ਪੰਜਾਬ ਦਾ ਵਾ ਪ੍ਰਸ਼ਾਸਨ ਨੂੰ ਦੋਸ਼ ਦੇਈਏ ਉਹ ਵੀ ਗਲਤ ਹੈ ਕਿਉਂਕਿ ਪ੍ਰਸ਼ਾਸਨ ਨਿਰਭੈ ਸਿੰਘ ਹੋਣਾ ਨੇ ਦੱਸਿਆ ਉਹ ਵੀ ਸੇਫ ਨਹੀਂ ਕਿਉਂਕਿ ਉਹ ਬੰਦੇ ਨੇ ਸੁਸਾਈਡ ਕੀਤਾ ਤਾਂ ਉਹਨੂੰ 5 ਲੱਖ ਰੁਪਏ ਦੇ ਕੇ ਰਾਜ਼ੀਨਾਮਾ ਕਰਨਾ ਪਿਆ ਇੱਕ ਦਿਨ ਜੇ ਮੰਨ ਲਓ ਕਹਿੰਦੇ ਚਿੱਟੇ ਵਾਲੇ ਨੂੰ ਕਿਸੇ ਨੂੰ ਫੜ ਲਿਓ ਨੇ ਉਹ ਕਹਿ ਦਿੰਦਾ ਮੈਨੂੰ ਦੌਰਾ ਪੈਂਦਾ ਮੈਂ ਮਰ ਜੂ ਉੱਥੇ ਵੀ ਲਿਆ ਕੇ ਉਹਨਾਂ ਨੂੰ ਕਹਿੰਦੇ ਨਸ਼ਾ ਦੇਣਾ ਪੈਂਦਾ ਜੇ ਨਹੀਂ ਦਿੰਦੇ ਤੇ ਦੂਜੇ ਦਿਨ ਬਾਰ ਦੇ ਵਿੱਚ ਧਰਨਾ ਲੱਗ ਜੂਗਾ ਵੀ ਸਾਡਾ ਮੁੰਡਾ ਅੰਦਰ ਮਾਰਤਾ 5-5 ਲੱਖ ਜਿਵੇਂ ਕਹਿੰਦੇ ਦੇ ਕੇ ਖਿਹੜਾ ਛਡਾਉਣਾ ਪੈਂਦਾ ਬਿਲਕੁਲ ਫਿਰ ਕੀ ਕਰਨ ਪੁਲਿਸ ਪ੍ਰਸ਼ਾਸਨ ਨੂੰ ਤਾਂ ਇਹੀ ਚਾਹੀਦਾ ਜੀ ਪਿੰਡਾਂ ਦਾ ਸਹਿਯੋਗ ਨਾਲ ਲੈ ਕੇ ਕਮੇਟੀਆਂ ਬਣਾ ਕੇ ਜਿਹੜੇ ਚੰਗੇ ਡਾਕਟਰ ਨੇ ਉਹਨਾਂ ਦੀ ਰਾਏ ਲੈ ਕੇ ਇਹਨਾਂ ਬੱਚਿਆਂ ਦੀ ਕਾਉਂਸਲਿੰਗ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਦਿਮਾਗ 'ਚ ਜਿਹੜਾ ਇਹ ਘਰ ਕੀਤਾ ਵਾ ਨਸ਼ਾ ਉਹਨੂੰ ਹੌਲੀ ਹੌਲੀ ਅਪਗ੍ਰੇਡ ਕਰਕੇ ਬਾਹਰ ਕੱਢਿਆ ਜਾਵੇ ਘਟਾਇਆ ਜਾਵੇ ਬਾਕੀ ਮੈਂ ਇਹ ਵੀ ਦੱਸਣਾ ਬਣਦਾ ਕਿ ਇਹ ਸਾਡਾ ਪਿੰਡ ਇਤਿਹਾਸਕ ਪਿੰਡ ਹੈ ਮਹਾਰਾਜਾ ਰਣਜੀਤ ਸਿੰਘ ਸੱਸ ਦਾ ਪਿੰਡ ਹੈ ਜਹੇਦਾਰ ਬਘੇਲ ਸਿੰਘ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਸਾਨੂੰ ਉਹਨਾਂ ਚੀਜ਼ਾਂ 'ਤੇ ਮਾਣ ਵੀ ਬੜਾ ਹੈ ਅਤੇ ਇਹਨਾਂ ਚੀਜ਼ਾਂ ਦਾ ਸਾਨੂੰ ਦੁੱਖ ਵੀ ਬੜਾ ਸਦਾ ਘਨੱਈਆ ਮਿਸਲ ਦੇ ਸੀਗੇ ਜਿਹੜੇ ਮੇਨ ਰਾਣੀ ਸਦਾ ਕੌਰ ਜੀ ਉਹਨਾਂ ਦਾ ਪਿੰਡ ਸੀ ਪਿੱਕਾ ਪਿੰਡ ਉਹਨਾਂ ਦੀ ਸੱਸ ਸੀ ਜੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਅਤੇ ਬਾਕੀ ਜਿੰਨੀਆਂ ਨਹਿਰ ਦੇ ਨਾਲ ਨਾਲ ਰੇਲਿੰਗ ਲੱਗੀਆਂ ਵੀ ਆ ਹੌਲੀ ਹੌਲੀ ਉਹਨੂੰ ਵੀ ਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਕਿਸੇ ਟਾਈਮ ਵੀ ਹਾਦਸਿਆਂ ਦਾ ਕਾਰਨ ਬਣ ਸਕਦੀ ਆ ਬਿਜਲੀ ਘਰ ਤੇ ਕਹਿੰਦੇ ਤਾਰ ਲੱਗੀ ਸੀ ਜਵਿੰਦਰ ਭਾਈ ਨੇ ਦੱਸਿਆ ਚੈਂਬਰ ਲੱਗੀ ਸੀ ਉਹ ਵੀ ਪਟਕੇ ਜਾ ਚੁੱਕਿਆ ਜੀ ਦੇਖੋ ਉੱਥੇ ਗ੍ਰਿਡ ਦੇ ਵਿੱਚ ਕੋਈ ਵੀ ਨੁਕਸਾਨ ਹੋ ਸਕਦਾ ਕੋਈ ਬੰਦਾ ਚਾਹੇ ਪਾਗਲ ਹੈ ਚਾਹੇ ਸਿਆਣਾ ਵਾ ਕਿਸੇ ਟਾਈਮ ਵੀ ਮੰਨ ਲਓ ਰਾਤ ਬਰਾਤੇ ਉਹਨੂੰ ਪਾਰ ਕਰ ਜੇ ਤਾਂ ਉਹਦੀ ਮੌਤ ਹੈ ਸਾਡੀ ਤਾਂ ਦੁਬਾਰਾ ਇਹੀ ਅਪੀਲ ਹੈ ਭਗਵੰਤ ਮਾਨ ਜੀ ਨੂੰ ਵੀ ਜੋ ਤੁਸੀਂ ਵਾਅਦੇ ਕੀਤੇ ਆ ਜਾਂ ਸਥਾਨਕ ਸਰਕਾਰਾਂ ਨੇ ਕੀਤੇ ਸੀ ਕੁਛ ਪੂਰੇ ਕਰ ਲਏ ਕੁਛ ਕਮੀਆਂ ਰਹਿ ਗਈਆਂ ਕੁਛ ਤੁਹਾਡੇ 'ਚ ਵੀ ਕਮੀਆਂ ਨੇ ਤੁਸੀਂ ਪੂਰੀਆਂ ਕਰਕੇ ਸਾਨੂੰ
ਗੱਲ ਬਹੁਤ ਵੱਡੀ ਵੀ ਆ ਕਿਉਂਕਿ ਹਲਕੇ ਦੇ ਵਿੱਚ ਇੱਕ ਪਿੰਡ ਨਹੀਂ, ਇਹ ਤਾਂ ਬੋਲ ਪਏ ਬਾਈ ਗੁਰਬਖਸ਼ ਹੋਣੀ, ਨਰਪੈਰ ਸਿੰਘ ਹੋਣੀ, ਸਰਪੰਚ ਸਾਹਿਬ ਆ ਨਾਲ ਪਿੰਡ ਵਾਸੀ ਖੜ੍ਹੇ ਆ, ਇਹਨਾਂ ਨੇ ਆ ਕੇ ਇਹ ਜਿਹੜੀ ਮੌਕਾ ਦਿਖਾਤਾ ਹੈ। ਨਹੀਂ, ਹਰ ਇੱਕ ਪਿੰਡ ਦੀ ਇਹੀ ਕਹਾਣੀ ਆ। ਉੱਥੇ ਹੁਣ ਸਰਗੇ ਉਹ ਕਹਿੰਦੇ ਜੇ ਨਹੀਂ ਲਾਉਂਦੇ ਤਾਂ ਸਹੀ ਭੱਠੀ ਬਣਦੀ ਨਹੀਂ, ਜੇ ਲਾਉਂਦੇ ਆ ਤਾਂ ਪੱਟ ਕੇ ਲੈ ਜਾਂਦੇ ਆ, ਢਾਉਂਦੇ ਨੇ ਕਿਵੇਂ। ਉਹਨਾਂ ਨੇ ਰਾਤ ਨੂੰ ਇੱਥੇ ਜਦੋਂ ਜਹਿਦ ਕੀਤੀ ਹੋਊਗੀ ਕਿ ਉਹ ਸਰਗੇ ਕੱਢੇ ਹੋਣਗੇ, ਇੰਨੇ ਨਰੋਏ ਸਰਗੇ। ਫਿਰ ਇਹ ਕਹਿੰਦੇ ਇੱਥੇ ਲਹਿਰਾਂ ਬਹਿਰਾਂ ਲਾਈਆਂ ਪਈਆਂ ਹੁੰਦੀਆਂ ਸੀ, ਪੂਰੀ ਸਫਾਈ ਹੁੰਦੀ ਸੀ। ਕਹਿੰਦੇ ਮਨ ਨਹੀਂ ਕਰ ਰਿਹਾ, ਸਿਲੰਡਰ ਚੋਰੀ ਹੋ ਗਏ, ਸਕੂਲ ਨੂੰ ਨਹੀਂ ਬਖਸ਼ਿਆ ਜਾ ਰਿਹਾ, ਵਿੱਦਿਆ ਦੇ ਮੰਦਰ ਨੂੰ, ਅਤੇ ਆਹ ਤਾਂ ਐਂਡ ਹੀ ਹੋ ਗਿਆ ਕਿ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿ ਜਿਹੜਾ ਪੰਜਾਬ ਯੋਧੇ ਸੂਰਮਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਅੱਜ ਇੱਥੋਂ ਤੱਕ ਕਰਤਾ ਕਿ ਜਿਹੜੇ ਯੋਧੇ ਪੰਜਾਬ ਦੇ ਸੀ ਉਹ ਅੱਜ ਸ਼ਮਸ਼ਾਨ ਘਾਟ ਦੇ ਵਿੱਚੋਂ ਕਿੱਲ ਗਰਿੱਲਾਂ ਪੱਟ ਰਹੇ ਨੇ, ਕਿੱਡੀ ਸ਼ਰਮ ਦੀ ਗੱਲ ਹੈ। ਸੋ ਇਹ ਨੌਜਵਾਨ ਕਹਿੰਦੇ ਜੇ ਸਾਨੂੰ ਕੋਈ ਮਿਲੇ ਵੀ ਇਲਾਜ ਕਰਾਉਣ ਵਾਲਾ, ਅਸੀਂ ਇਲਾਜ ਵੀ ਕਰਾਵਾਂਗੇ। ਪਹਿਲਾਂ ਵੀ ਇਹਨਾਂ ਨੇ ਕਮੇਟੀ ਬਣਾ ਕੇ ਬਹੁਤ ਨੌਜਵਾਨਾਂ ਦਾ ਇਲਾਜ ਕਰਾਇਆ ਸੀ, ਅਤੇ ਇੱਥੇ ਕੇਜਰੀਵਾਲ ਅਤੇ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਅਸੀਂ ਰਾਊ ਕੇ ਪਿੰਡ ਦੀ ਟੀਮ ਨੂੰ ਜਾਣਦੇ ਹਾਂ, ਜਿਹੜੀ ਨਸ਼ਾ ਛਡਾਊ ਟੀਮ ਜਿੱਥੇ ਬਣੀ ਆ। ਕੇਜਰੀਵਾਲ ਸਾਹਿਬ ਨੇ ਕਈ ਵਾਰ ਚੈਨਲਾਂ ਦੇ ਉੱਤੇ ਇਹ ਪਿੰਡ ਦਾ ਜ਼ਿਕਰ ਕੀਤਾ, ਪਰ ਇਹ ਪਿੰਡ ਦੇ ਵਿੱਚ ਕੇਜਰੀਵਾਲ ਸਾਹਿਬ, ਭਗਵੰਤ ਮਾਨ ਸਾਹਿਬ ਬੇਨਤੀ ਆ, ਬਹੁਤ ਨਸ਼ਾ ਹਲਕੇ ਦੇ ਵਿੱਚ ਉਵੇਂ ਚਿੱਟਾ ਵਿਕਦਾ, ਸਖਤਾਈ ਕਰੋ, ਚਿੱਟੇ ਨੂੰ ਰੋਕੋ ਤਾਂ ਕਿ ਆਹ ਘਟਨਾਵਾਂ ਜਿਹੜੀਆਂ ਰੁਕ ਸਕਣ। ਕਿਉਂਕਿ ਉਹ ਮਰੀਜ਼ ਹੈ, ਉਹ ਜਿਹੜੇ ਮਰੀਜ਼ ਹੈ ਉਹਨਾਂ ਨੂੰ ਦਵਾਈ ਦੀ ਲੋੜ ਹੈ, ਇਲਾਜ ਦੀ ਲੋੜ ਹੈ, ਕਿਉਂਕਿ ਨਾ ਕਿ ਉਹਨਾਂ ਦੇ ਉੱਤੇ ਇਹਨਾਂ ਦਾ ਮਨ ਇਹ ਕਹਿੰਦੇ ਸਾਡਾ ਕਰਦਾ ਨਹੀਂ, ਕਿਉਂਕਿ ਉਹਨਾਂ ਨੂੰ ਜਦੋਂ ਹੀ ਦੇਖਦੇ ਸਾਨੂੰ ਮਰੀਜ਼ ਦੇਖਦੇ ਨੇ। ਅੱਗੇ ਵੀ ਅਪਡੇਟ ਦਿੰਦੇ ਰਹਾਂਗੇ, ਬਣੇ ਰਹੋ। ਕੈਮਰਾ ਪਰਸਨ ਰਮੇਸ਼ ਧਾਲੀਵਾਲ ਦੇ ਨਾਲ ਮੈਂ ਚਮਕੌਰ ਸਿੰਘ, ਲੋਪੋ, ਮੋਗਾ, ਪਿੰਡ ਰਾਊ ਕੇ ਕਲਾਂ।